ਅਸਲਾਮੁ ਅਲੈਕੁਮ ਯਾਰ, ਤੁਹਾਨੂੰ ਪਤਾ ਕਿ ਮੌਸਮ ਕਾਫੀ ਚੇਂਜ ਹੋ ਗਿਆ। ਮੈਂ ਕਾਫੀ ਦੇਰਾਂ ਦਾ ਅਰਕਮ ਨੂੰ ਕਹਿ ਰਿਹਾ ਕਿ ਯਾਰ ਕਿਹੜਾ ਆਪਣੇ ਤਿੱਤਰਾਂ ਦਾ ਨਾ ਤੂੰ ਪਿੰਜਰਾ ਲੈ ਆ, ਕਿਉਂਕਿ ਅਸੀਂ ਉਹਨਾਂ ਨੂੰ ਵੱਡੇ ਪਿੰਜਰੇ 'ਚ ਛੱਡਿਆ ਹੋਇਆ ਵਾ। ਔਰ ਮੌਸਮ ਕਿਹੜੀ ਗਰਮੀ ਹੈ, ਕਾਫੀ ਜ਼ਿਆਦਾ ਘੱਟ ਗਈ ਆ, ਔਰ ਤਿੱਤਰਾਂ ਨੂੰ ਕਿਹੜੀ ਆ ਸਰਦੀ ਬਹੁਤ ਜ਼ਿਆਦਾ ਲੱਗਦੀ ਆ। ਆਓ ਪਹਿਲੇ ਸਵਾ ਸਵਾ ਦੇਖਦੇ ਹਾਂ ਕਿ ਯਾਰ ਤਿੱਤਰਾਂ ਨੂੰ ਕਿੱਦਾਂ ਠੀਕ ਆ, ਉਹ ਕਿਤੇ ਸਰਦੀ ਤਾਂ ਨਹੀਂ ਲੱਗ ਗਈ ਉਹਨਾਂ ਨੂੰ, ਚੈੱਕ ਕਰਦੇ ਹਾਂ। ਉਹ ਜੀ ਨਹੀਂ ਨਹੀਂ ਹਜੇ ਮਾਸ਼ਾਅੱਲਾ ਠੀਕ ਆ, ਤਿੱਤਰਾਂ ਜਿਹੇ ਅੱਜ ਖੁਸ਼ ਆ, ਔਰ ਅੱਜ ਕਾਫੀ ਜ਼ਿਆਦਾ ਕੰਮ ਵਾ। ਆਪਾਂ ਇਹਨੂੰ ਖੋਲ੍ਹ ਕੇ ਚੈੱਕ ਕਰਦੇ ਹਾਂ, ਮੇਰੇ ਖਿਆਲ ਨਾਲ ਦੇਖੋ ਨਾ ਤੁਸੀਂ, ਚੈੱਕ ਕਰੋ ਉਹ ਇੱਕ ਤਿੱਤਰ ਨੂੰ ਕਿੱਦਾਂ ਨਾ ਦੇਖੋ ਸਰਦੀ ਲੱਗੀ ਹੋਈ ਹੈ, ਬਾਕੀ ਪੰਜ ਤਾਂ ਠੀਕ ਆ। ਲੇਕਿਨ ਕੱਲ੍ਹ ਤੋਂ ਇਹਨਾਂ ਨੂੰ ਇਨਸ਼ਾਅੱਲਾ ਆਪਾਂ ਛੋਟੇ ਪਿੰਜਰੇ 'ਚ ਬੰਦ ਕਰਿਆ ਕਰਾਂਗੇ। ਬਾਕੀ ਅੱਜ ਯਾਰ ਜਿਵੇਂ ਰਾਤ ਦਾ ਦਿਨ ਆ, ਅੱਜ ਕਾਫੀ ਟਫ ਡੇ ਆ, ਕਿਉਂਕਿ ਅੱਜ ਕਾਫੀ ਜ਼ਿਆਦਾ ਕੰਮ ਵਾ। ਅਤੇ ਸਭ ਤੋਂ ਪਹਿਲੇ ਸੁਬਹਾ ਸੁਬਹਾ ਆਪਾਂ ਇਹਨਾਂ ਨੂੰ ਅੱਜ ਬਾਜਰਾ ਪਾ ਦਈਏ, ਕਿਉਂਕਿ ਜਿਹੜੀ ਇਹਨਾਂ ਦੀ ਫੀਡ ਆ ਉਹ ਪੂਰੀ ਹੋ ਗਈ, ਫਿਰ ਬੰਦਾ ਸਾਰਾ ਦਿਨ ਆਪਣੇ ਆਰਾਮ ਆਰਾਮ ਨਾਲ ਕੰਮ ਕਰਦਾ ਰਹਿੰਦਾ। ਬਾਕੀ ਦੇਖੋ ਮਾਸ਼ਾਅੱਲਾ ਕਿੱਦਾਂ ਨਜ਼ਰ ਆ ਰਹੇ ਤਿੱਤਰ, ਬੱਚੇ ਸੀ ਨਿੱਕੇ ਨਿੱਕੇ ਛੋਟੇ ਛੋਟੇ, ਕਾਫੀ ਅੱਛੀ ਗਰੋਥ ਆ। ਬਾਕੀ ਤੁਸੀਂ ਚੈੱਕ ਕਰ ਰਹੇ ਹੋਣੇ ਕਿ ਆਹ ਕੀ ਫੋਲ ਰਹੇ ਆ ਯਾਰ, ਇਹ ਨਾ ਗੋਬਰ 'ਚ ਸੁੰਡੀਆਂ ਖਾਂਦੇ ਆ, ਅਤੇ ਇਹਨਾਂ ਨੂੰ ਅਸੀਂ ਸੁੰਡੀਆਂ ਵੀ ਪਾਈਦੀਆਂ ਵਾ, ਔਰ ਇਸ ਟਾਈਮ ਸੁੰਡੀਆਂ ਖਾ ਰਹੇ ਸੁਬਹਾ ਸੁਬਹਾ। ਸੁੰਡੀਆਂ 'ਚ ਤੁਹਾਨੂੰ ਪਤਾ ਪ੍ਰੋਟੀਨ ਬਹੁਤ ਜ਼ਿਆਦਾ ਹੁੰਦੀ ਆ, ਫਿਰ ਇਹਨਾਂ ਦੀ ਗਰੋਥ ਅੱਛੀ ਰਹਿੰਦੀ ਆ, ਨਾਲੇ ਇਹ ਕਿਹੜੀ ਚੀਜ਼ ਦਾ ਖੁਸ਼ ਹੋ ਕੇ ਖਾਂਦੇ ਆ। ਆਹੋ ਜੀ ਇਹਨਾਂ ਦੀ ਸੁਬਹਾ ਸੁਬਹਾ ਹੀ ਮੌਜ ਆ, ਇਹ ਦੋ ਕਿਹੜੇ ਆ ਮੁਰਗਾ ਮੁਰਗੀ, ਇਹ ਓਪਨ ਹੀ ਹੁੰਦੇ ਆ, ਅਸੀਂ ਪਿੰਜਰੇ 'ਚ ਬੰਦ ਨਹੀਂ ਕਰੀਦੇ, ਅਤੇ ਸੁਬਹਾ ਸੁਬਹਾ ਹੀ ਉੱਠ ਕੇ ਖਾਣਾ ਸ਼ੁਰੂ ਕਰ ਦਿੰਦੇ ਆ। ਅਤੇ ਬਾਕੀ ਸਾਰੇ ਦੇਖੋ ਪਿੰਜਰੇ 'ਚ ਬੰਦ ਆ, ਚੈੱਕ ਕਰੋ ਆਹ ਸੀਲ ਵੀ ਬੰਦ ਆ, ਆਹ ਵੀ ਸੀਲ ਬੰਦ ਆ, ਆਹ ਫੈਂਸੀ ਵੀ ਸਾਰੀਆਂ ਬੰਦ ਆ, ਆਹ ਵੱਡੀਆਂ ਪਲੇ ਮਾਊਥ ਔਰ ਲਾਈਫ ਸਟਾਈਲ ਹੈਰੀਟੇਟ ਵੀ ਪਿੰਜਰੇ 'ਚ ਬੰਦ ਆ, ਦੇਸੀ ਵੀ ਕਹਿੰਦੀਆਂ ਸਾਨੂੰ ਜ਼ਿਆਦਾ ਬਾਹਰ ਛੱਡੋ। ਦੇਖੋ ਤੁਸੀਂ ਚੈੱਕ ਕਰੋ, ਇਹ ਵੀ ਕਿਹੜੀਆਂ ਗੋਲਡਨ ਮੁਰਗੀਆਂ, ਮੈਂ ਵੀ ਕਹਿ ਰਹੀਆਂ ਕਿ ਸਾਨੂੰ ਬਾਹਰ ਛੱਡਣਾ ਚਾਹੀਦਾ, ਤੁਹਾਨੂੰ ਮੈਂ ਦਿਖਾਉਂਦਾ ਇੱਧਰ ਪਿੰਜਰੇ ਅੱਗੇ ਆ ਕੇ ਖੜੀਆਂ ਹੋਣੀਆਂ, ਚੈੱਕ ਕਰੋ ਪਿੰਜਰੇ ਅੱਗੇ ਆ ਕੇ ਖੜ ਗਈਆਂ ਸੁਬਹਾ ਸੁਬਹਾ ਹੀ, ਵੀ ਸਾਨੂੰ ਹੁਣ ਖੋਲ੍ਹ ਦਿਉ। ਬਾਕੀ ਜੀ ਸਾਡਾ ਡੋਗੀ ਸੁਬਹਾ ਸੁਬਹਾ ਸੋ ਰਿਹਾ ਵਾ, ਚੈੱਕ ਕਰੋ ਸੁੱਤਾ ਵਾ ਪਿਆ, ਕਿਉਂਕਿ ਰਾਤੀ ਸਾਰੀ ਰਾਤ ਇਹ ਜਾਗਦੇ ਰਹਿੰਦੇ, ਰਾਖੀ ਕਰਦੇ ਰਹਿੰਦੇ ਆ, ਇਹਦੇ ਨਾਲ ਦੀ ਫੀਮੇਲ ਵੀ ਸੋ ਰਹੀ ਆ, ਦੇਖੋ ਚੈੱਕ ਕਰੋ। ਅਤੇ ਬਾਕੀ ਯਾਰ ਮੈਂ ਨਾ ਹੁਣ ਮਿਲਕਿੰਗ ਕਰ ਲਾਂ, ਤੁਸੀਂ ਦੇਖ ਸਕਦੇ ਹਾਂ ਕਿ ਗਾਵਾਂ ਖੜੀਆਂ ਵਾ ਮਿਲਕਿੰਗ ਕਰਨ ਵਾਸਤੇ। ਔਰ ਜੀ ਦੇਸੀ ਮੁਰਗੀ ਨੇ ਇੱਕ ਅੰਡਾ ਦੇ ਤਾ, ਅੰਡਾ ਚੁੱਕ ਲਈਏ ਸੁਬਹਾ ਸੁਬਹਾ। ਸਾਡਾ ਸੀਲ ਮੁਰਗਾ ਅਸੀਂ ਇਹਨਾਂ ਨਾਲ ਲਾਇਆ ਹੋਇਆ ਫਿਲਹਾਲ ਪੱਠਾ ਵਾ, ਲੇਕਿਨ ਹੁਣ ਕ੍ਰਾਸ ਕਰਨ ਲੱਗ ਪਿਆ ਵਾ ਮਾਸ਼ਾਅੱਲਾ, ਹੁਣ ਅਸੀਂ ਇਹਨਾਂ ਸੀਲ ਮੁਰਗੀ ਕੋਈ ਲਿਆ ਕੇ ਲਾਉਂਦੇ ਹਾਂ ਜਲਦੀ। ਅਤੇ ਆਪਾਂ ਫੈਂਸੀ ਮੁਰਗੀਆਂ ਵੀ ਛੱਡ ਹੀ ਦਈਏ ਯਾਰ ਸੁਬਹਾ ਸੁਬਹਾ। ਅਤੇ ਵੱਡੀਆਂ ਫੈਂਸੀ ਵੀ ਛੱਡ ਦਈਆਂ, ਚਲੋ ਵੀ ਦੇਖੋ ਨਾ ਕੌਏ ਆ ਗਏ ਮੇਰੇ ਖਿਆਲ ਨਾਲ, ਕੱਲ੍ਹ ਸਾਡਾ ਕਿਹੜਾ ਅੰਡਾ ਸੀ ਨਾ ਕੌਆਂ ਨੇ ਤੋੜਤਾ ਸੀ, ਅੱਜ ਮੈਂ ਪਹਿਲੇ ਚੁੱਕ ਲਿਆ, ਚੈੱਕ ਕਰੋ ਆਹ ਵੀ ਯਾਰ ਵਿਚਾਰੀਆਂ ਬੂਹੇ ਦੇ ਅੱਗੇ ਆ ਕੇ ਖੜੀਆਂ ਹੋਈਆਂ, ਇਹਨਾਂ ਨੂੰ ਵੀ ਛੱਡ ਹੀ ਦਈਏ। ਚਲੋ ਵੀ ਯਾਰ ਕਿਹੜੇ ਛੋਟੇ ਤਿੰਨ ਚਾਰ ਬੱਚੇ ਆ ਨਾ, ਇਹ ਬਹੁਤ ਤੰਗ ਕਰਦੇ, ਦੇਖੋ ਸੁਬਹਾ ਸੁਬਹਾ ਛੱਡੀਆਂ ਹੋਈਆਂ ਗਾਵਾਂ ਰੋਡ ਕ੍ਰਾਸ 'ਤੇ, ਅਤੇ ਬਾਕੀ ਤਾਂ ਸਾਰੇ ਉੱਧਰ ਹੀ ਆ, ਇਹ ਬੱਚੇ ਨਿਕਲ ਕੇ ਨਾ ਥੱਲੋਂ ਤਾਰ ਦਿਓ ਇੱਧਰ ਆ ਜਾਂਦੇ, ਅਤੇ ਮਕਈ ਦਾ ਨੁਕਸਾਨ ਕਰਦੇ ਆ, ਮਕਈ ਹੁਣ ਕਾਫੀ ਵੱਡੀ ਹੋਈ ਹੈ, ਦੇਖਿਓ ਹੁਣ ਇਹਦੀ ਇਹ ਚੈੱਕ ਕਰੋ, ਚੈੱਕ ਕਰੋ ਤੁਸੀਂ ਇਹਦੇ ਕੰਮ ਹੁਣ ਭਾਵੇਂ ਸਾਰਾ ਹੀ ਛਿੱਲਿਆ ਜਾਵੇ। ਤੁਹਾਨੂੰ ਮੈਂ ਸੁਬਹਾ ਵੀ ਦੱਸ ਰਿਹਾ ਸੀ ਕਿ ਅੱਜ ਕਿਹੜਾ ਸਾਡਾ ਦਿਨ ਵਾ ਬਹੁਤ ਟਫ ਵਾ, ਲੇਕਿਨ ਤੁਹਾਨੂੰ ਮੈਂ ਵਜ੍ਹਾ ਨਹੀਂ ਸੀ ਦੱਸੀ ਕਿ ਸਾਡਾ ਕਿਹੜਾ ਅੱਜ ਦਾ ਦਿਨ ਵਾ ਕਿਉਂ ਟਫ ਵਾ, ਕਿਉਂਕਿ ਅੱਜ ਜੁਮੇਰਾਤ ਦਾ ਦਿਨ ਆ, ਸਾਡੀ ਨਹਿਰੀ ਪਾਣ ਦੀ ਵਾਰੀ ਆ, ਔਰ ਅਸੀਂ ਆਪਣੇ ਖੇਤਾਂ ਨੂੰ ਪਾਣੀ ਲਗਾਉਣਾ ਹੁੰਦਾ, ਅਤੇ ਇਸ ਤੋਂ ਸਾਨੂੰ ਫਿਰ ਬਹੁਤ ਕੰਮ ਹੁੰਦਾ, ਮਸਲਨ ਅਸੀਂ ਆਪਣੇ ਪਰਿੰਦਿਆਂ ਦੀ ਵੀ ਕੇਅਰ, ਜੋ ਵੀ ਉਹਨਾਂ ਦੀ ਖੁਰਾਕ ਸ਼ਰਾਕ ਉਹਨਾਂ ਨੂੰ ਪਾਣੀ ਹੁੰਦੀ, ਆਪਣੇ ਗਾਵਾਂ ਨੂੰ ਵੀ ਫੀਡ ਸ਼ੀਡ ਦੇਣੀ ਹੁੰਦੀ ਆ, ਔਰ ਅੱਜ ਅਸੀਂ ਹੁਣ ਪਾਣੀ ਲਗਾ ਰਹੇ ਹਾਂ ਆਪਣੇ ਰੋਡ ਗ੍ਰਾਸ, ਅੱਜ ਅਸੀਂ ਆਪਣੇ ਰੋਡ ਗ੍ਰਾਸ ਨੂੰ ਵੀ ਪਾਣੀ ਲਗਾ ਰਹੇ ਹਾਂ, ਔਰ ਨਾਲ ਨਾਲ ਅਸੀਂ ਆਪਣੀ ਬਾਕੀ ਫਸਲਾਂ ਨੂੰ ਮਕਈ ਨੂੰ ਵੀ ਪਾਣੀ ਲਗਾ ਰਹੇ ਹਾਂ, ਪਿੱਛੋਂ ਅਸੀਂ ਮਕਈ ਸਾਰੀ ਭਰੇ ਆਏ ਹਾਂ, ਹੁਣ ਹੁਣ ਅੱਗੇ ਸਾਡੇ ਪਾਣੀ ਲੱਗਣਾ ਵਾ ਇਹ ਨਹਿਰੀ ਪਾਣੀ, ਸਾਡਾ ਟਾਈਮ ਹੈ 1 ਵਜੇ ਤੱਕ, ਅਤੇ ਇਨਸ਼ਾਅੱਲਾ ਅੱਜ ਵਾਸਤੇ ਇੰਨਾ ਹੀ ਓਕੇ, ਅੱਲਾ ਹਾਫਿਜ਼, ਆਪਾਂ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ।